ਹਾਂਜੀ ਗਿੱਲ ਸਾਹਿਬ। ਸਿੱਧੂ ਕੀ ਹਾਲ ਆ? ਬਸ ਵਧੀਆ ਜੀ, ਤੁਸੀਂ ਸੁਣਾਓ? ਠੀਕ ਆ ਠੀਕ ਆ ਯਾਰ। ਸਿੱਧੂ, ਉਹ ਜਿਹੜਾ ਨਵਾਂ ਹੁਣ ਚੱਲਿਆ ਰਿਵਾਜ਼ ਆ, ਜਿਵੇਂ ਵਿਆਹ ਤੋਂ ਪਹਿਲਾਂ ਮੁੰਡਾ ਤੇ ਕੁੜੀ ਜਿਹੜਾ ਜਾ ਕੇ ਸ਼ੂਟਿੰਗ ਕਰਦੇ ਆ, ਗਾਣਾ ਬਣਾਉਂਦੇ ਆ, ਗਾਣਾ ਜਿਹਾ ਬਣਾਉਂਦੇ, ਹਾਂ ਇਹ ਰਿਵਾਜ਼ ਨਵਾਂ ਚੱਲਿਆ ਜਿਹੜਾ, ਹੈ ਨਾ, ਪ੍ਰੀ ਵੈਡਿੰਗ। ਹਾਂ ਤੇ ਯਾਰ ਉਹ ਕਾਫੀ ਦੂਰ ਦੂਰ, ਜਿਵੇਂ ਲਾ ਲਈਏ ਬਠਿੰਡੇ ਆ, ਫਿਲਮ ਸਿਟੀ ਬਣਿਆ ਹੋਇਆ ਬਠਿੰਡੇ ਦੇ ਕੋਲੇ, ਦੋ ਤਿੰਨ ਲੋਕੇਸ਼ਨਾਂ ਹੈਗੀਆਂ ਵਧੀਆ ਵਧੀਆ, ਲੁਧਿਆਣੇ ਵੀ ਹੈਗੀਆਂ, ਹੋਰ ਵੀ ਕਈ ਥਾਵਾਂ ਤੇ ਹੈਗੀਆਂ ਲੋਕੇਸ਼ਨਾਂ। ਤੇ ਯਾਰ ਆਪਣੇ ਮੋਗੇ ਵਾਲੇ ਵੀ ਚੱਲ ਕੇ ਉਧਰ ਨੂੰ ਜਾਂਦੇ ਆ ਯਾਰ, ਮੋਗੇ ਹੈਗੇ ਤਾਂ ਹੈ ਬਈ। ਹਾਂ ਮੈਨੂੰ ਲੱਗਦਾ ਉਹਨਾਂ ਨੇ ਐਡਵਰਟਾਈਜ਼ਮੈਂਟ ਘੱਟ ਕੀਤੀ ਆ। ਮੋਗੇ ਵੀ ਬਣਿਆ ਹੋਇਆ, ਮੈਂ ਅੱਜ ਉਸੇ ਬਾਰੇ ਗੱਲ ਕਰਨ ਲੱਗਾ ਸੀਗਾ ਵੀ ਮੋਗੇ ਵੀ ਜਿਹੜਾ ਬਹੁਤ ਵਧੀਆ ਲੋਕੇਸ਼ਨ ਬਣੀ ਹੋਈ ਆ ਯਾਰ, ਵੀ ਕਿਉਂ ਨਾ ਆਪਾਂ ਮੋਗੇ ਦੀ ਲੋਕੇਸ਼ਨ ਆ, ਜਿਹੜਾ ਆਪਣੇ ਜਿਹੜੇ ਮੋਗੇ ਦੇ ਨੇੜਲੇ ਜਿਹੜੇ ਮੁੰਡੇ ਕੁੜੀਆਂ ਨੌਜਵਾਨ ਆ ਜਿਹਨਾਂ ਨੇ ਵਿਆਹ ਹੁਣ ਕਰਨੇ ਆ ਗਾ, ਹਾਂਜੀ, ਤੇ ਉਹਨਾਂ ਨੂੰ ਆਪਾਂ ਮੋਗੇ ਦੀ ਲੋਕੇਸ਼ਨ ਹੀ ਨੇੜਲੀ ਦੇ ਦਈਏ, ਨਾਲੇ ਆਪਾਂ ਦੇਖ ਲੈਂਦੇ ਚੱਲ ਕੇ ਵੀ ਕਿਵੇਂ ਬਣਿਆ, ਕਿੱਡਾ ਸੋਹਣਾ ਲੱਗਦਾ, ਵਧੀਆ ਲੋਕੇਸ਼ਨ ਹੈਗੀ ਆ। ਮਾਹੌਲ ਠੰਡਾ ਹੋ ਗਿਆ ਹੁਣ, ਠੰਡ ਦੇ ਵਿੱਚ ਬਾਲੇ ਵਿਆਹ ਹੁੰਦੇ ਆ। ਹਾਂ ਸੀਜ਼ਨ ਚੱਲ ਪਿਆ, ਬਾਕੀ ਹੁਣ ਵਿਆਹਾਂ ਦਾ ਸੀਜ਼ਨ ਹੀ ਆ ਬਾਈ, ਹੁਣ ਤਾਂ ਸ਼ੁਰੂ ਹੋ ਗਿਆ, ਇਹ ਜਨਵਰੀ ਫਰਵਰੀ ਮਾਰਚ ਤੱਕ ਹੀ ਹੋ ਸਕਦਾ ਚੱਲੇ। ਬਿਲਕੁਲ ਬਿਲਕੁਲ, ਹੈ ਨਾ। ਤੇ ਚੱਲ ਅੱਜ ਆਪਾਂ ਉਹ ਲੋਕੇਸ਼ਨ ਦਿਖਾਉਂਦੇ ਆ ਆਪਣੇ ਦਰਸ਼ਕਾਂ ਨੂੰ। ਸਹੀ ਹੈ ਯਾਰ, ਠੀਕ ਆ ਨਾ, ਬਿਲਕੁਲ। ਵੈਸੇ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਵਾਂਗੇ ਤੁਹਾਡੇ ਲਈ, ਹਾਂ, ਜੋ ਬੈਨੀਫੀਸ਼ੀਅਲ ਵੀ ਹੋਣਗੀਆਂ, ਹਾਂ, ਤੇ ਜੋ ਤੁਹਾਡੇ ਸੁਪਨੇ ਵੀ ਸਾਕਾਰ ਕਰਨਗੇ। ਆ ਗਿਆ ਚੌਂਕ, ਇਹ ਆ ਗਿਆ ਚੌਂਕ, ਲੋਹਾਰੇ ਵਾਲਾ, ਲੋਹਾਰੇ ਵਾਲਾ ਚੌਂਕ ਵੱਜਦਾ ਇਹ। ਹਾਂ, ਇਧਰੋਂ ਆਪਾਂ ਜਾਵਾਂਗੇ ਇਸ ਸਾਈਡ ਨੂੰ, ਆਪਾਂ ਜਾਣਾ ਹੈਗਾ ਆ ਦੇਖੋ ਜਲੰਧਰ ਸਾਈਡ ਮੁੜ ਕੇ, ਇਧਰੋਂ ਮੋਗੇ ਵੱਲੋਂ ਜਿਹੜਾ ਆਉਣੇ ਆਪਾਂ ਨਾਲ ਹੀ ਘੁੰਮਣਾ, ਨਾਲ ਹੀ ਘੁੰਮੇ ਜਾਣਾ ਸਿੱਧੇ ਹੀ ਜਾਣਾ। ਹਾਂ ਇੱਥੋਂ ਯਾਰ ਰੋਂਗ ਸਾਈਡ ਨਾ ਚੱਲੀਏ, ਫਿਰ ਲੋਕੇਸ਼ਨ ਥੋੜ੍ਹੀ ਜਿਹੀ ਉਰਲੇ ਪਾਸੇ ਆ, ਚਲੋ ਉੱਧਰ ਲਈ ਚਲੇ ਜਾਣਾ ਪੈਣਾ ਆਪਾਂ ਨੂੰ, ਮੈਨੂੰ ਲੱਗਦਾ ਉੱਤੋਂ ਹੀ ਘੁੰਮ ਕੇ ਆ ਸਕਦੇ ਹਾਂ ਵੈਸੇ ਤਾਂ, ਉਹ ਫਿਰ ਬਾਹਲਾ ਉੱਪਰ ਦੀ ਘੁੰਮਣਾ, ਬਾਹਲਾ ਉੱਪਰ ਦੀ, ਹਾਂ, ਪਰ ਆਪਾਂ ਨਾਲ ਹੀ ਮੁੜ ਜਾਣਾ ਹੈਗਾ। ਹਾਂਜੀ, ਲੋਕੇਸ਼ਨ ਥੋੜ੍ਹੀ ਜਿਹੀ ਨੇੜੇ ਹੀ ਆ, ਇੱਧਰ ਦਿਖਾਵਾਂਗੇ ਮੰਦਰ ਆਊਗਾ ਮਾਤਾ ਦਾ, ਇੱਧਰਲੇ ਪਾਸੇ ਹੈਗਾ ਮਾਤਾ ਦਾ ਮੰਦਰ। ਅੱਗੇ ਚੱਲਦੇ ਹਾਂ ਆਪਾਂ, ਅੱਗੇ ਚੱਲ ਕੇ ਲੋਕੇਸ਼ਨ ਜਿਹੜੀ ਹੈਗੀ ਆ, ਬਸ ਅਸੀਂ ਬਿਲਕੁਲ ਨੇੜੇ ਆ ਗਏ ਲੋਕੇਸ਼ਨ ਦੇ। ਇੱਥੇ ਪੈਲਸ ਵੀ ਬਣਿਆ ਜੇ ਕਿਸੇ ਨੇ ਵਾਕ ਕਰਨਾ ਬਾਈ, ਬਹੁਤ ਤਕੜਾ, ਬਿਲਕੁਲ ਨੇੜੇ ਨੇੜੇ। ਤੇ ਲਓ ਜੀ ਅਸੀਂ ਹੁਣ ਐਂਟਰੀ ਕਰ ਲੈਣੀ ਆ ਨਸੀਬ ਆਈਲੈਂਡ ਦੇ ਪੁਰਾਣੇ ਘਰ ਆ। ਲੈ ਵਿਖਾ ਦੇ ਕਰਾਂ, ਨਸੀਬ ਆਈਲੈਂਡ ਦਾ ਬੋਰਡ ਲੱਗਾ ਹੈਗਾ ਸਾਹਮਣੇ, ਅੰਦਰ ਚੱਲਾਂਗੇ ਹੈਗਾ ਸਰ। ਮਤਲਬ ਪੁਰਾਣੇ ਟਾਈਮ 'ਚ ਜਿਵੇਂ ਆਪਣੇ ਬਜ਼ੁਰਗ ਮਾਤਾਵਾਂ ਸੀਗੀਆਂ ਕਰਦੀਆਂ ਸੀਗੀਆਂ, ਉਹ ਵਾਲਾ ਕੰਮ ਆ ਨਾ, ਬਿਲਕੁਲ ਬਿਲਕੁਲ ਪੁਰਾਣਾ ਵਿਰਸਾ ਹੀ ਸ਼ੋਅ ਕਰਤਾ। ਹਾਂ ਦੇਖ ਵੀ ਲੱਗਦਾ ਕੱਚਾ ਘਰ ਕੇ ਨਹੀਂ ਲੱਗਦਾ, ਬਿਲਕੁਲ ਬਿਲਕੁਲ। ਲੋਕੇਸ਼ਨ ਦੀ ਐਂਟਰੀ ਆ, ਗੱਡੀ ਆਪਾਂ ਲਾਵਾਂਗੇ ਇੱਧਰਲੇ ਪਾਸੇ, ਗੱਡੀ ਲਗਾ ਦਿੰਦੇ ਹਾਂ ਆਪਾਂ ਇੱਥੇ, ਪਿੱਪਲ ਲੱਗੇ ਬਈ ਵੀ, ਵਾਹ ਵੀ ਵਾਹ, ਜਿਹੜੇ ਬਾਈ ਕੋ ਇਹ ਚੀਜ਼ਾਂ ਇਹਨਾਂ ਨੇ ਖਾਸ ਧਿਆਨ ਰੱਖਿਆ ਵੈਸੇ ਆਪਣੇ ਪੁਰਾਣੇ ਕੀ ਕਹਿੰਦੇ ਦਰਖਤ ਵੀ ਇਹਨਾਂ ਨੇ ਲਾਏ ਹੋਏ। ਹਾਂ ਪਿੱਪਲ ਬਾਹਰ ਦੇ ਵਿੱਚ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਹੋਰ ਵਧੀਆ ਜੀ, ਕੰਮ ਕਾਰ ਠੀਕ ਆ? ਚਲੋ ਪਹਿਲਾਂ ਤੁਹਾਨੂੰ ਮੁਬਾਰਕਾਂ, ਤੁਸੀਂ ਜਿਹੜਾ ਲੋਕੇਸ਼ਨ ਦੀ ਇੱਥੇ ਜਿਹੜੀ ਆ ਤਿਆਰ ਕਰਵਾਈ ਲੋਕੇਸ਼ਨ, ਅਤੇ ਬਹੁਤ ਵਧੀਆ ਸੋਹਣਾ ਘਰ ਬਣਿਆ, ਅਤੇ ਸਾਡਾ ਵੀ ਦਿਲ ਸੀ ਕਾਫੀ ਦਿਨਾਂ ਤੋਂ, ਮੈਂ ਅਤੇ ਸਿੱਧੂ ਕਾਫੀ ਦਿਨਾਂ ਤੋਂ ਇੱਥੋਂ ਲੰਘੇ ਸੀ, ਸਲਾਹ ਕਰਦੇ ਸੀ ਕਿ ਇੱਕ ਵਾਰ ਯਾਰ ਬਾਈ ਕੋਲ ਇੱਕ ਵਾਰ ਜਾ ਕੇ ਜ਼ਰੂਰ ਆਉਣਾ, ਅਤੇ ਆਪਾਂ ਜਿਹੜਾ ਘਰ ਵੇਖ ਕੇ ਆਉਣਾ, ਅਤੇ ਬਾਈ ਜੀ ਅੱਜ ਅਸੀਂ ਤੁਹਾਡਾ ਘਰ ਦੇਖਣਾ ਚਾਹਾਂਗੇ, ਕੋਈ ਵੇਖ ਸਕਦੇ ਹਾਂ ਜੀ? ਆਇਆਂ ਨੂੰ ਜੀ, ਤੁਹਾਡੇ ਵਾਸਤੇ ਸਪੈਸ਼ਲੀ ਖੁੱਲੇ ਆ। ਆਓ ਸਿੱਧੂ ਸਾਹਿਬ, ਫਿਰ ਆਪਾਂ ਚੱਲਦੇ ਹਾਂ ਅੰਦਰਲੇ ਪਾਸੇ, ਦਿਖਾਵਾਂਗੇ ਲੋਕੇਸ਼ਨ ਇੱਕ ਵਾਰ ਸਾਰੀ। ਇੱਥੋਂ ਜਿਹੜੀ ਐਂਟਰੀ ਹੁੰਦੀ ਆ ਇਹ ਘਰ ਦੀ, ਅਤੇ ਅੱਗੇ ਜਿਹੜਾ ਸਾਰੇ ਇੱਕ ਅੰਦਰ ਵੀ ਜਾ ਕੇ ਤੁਹਾਨੂੰ ਦਿਖਾਵਾਂਗੇ, ਪਹਿਲਾਂ ਇੱਕ ਵਾਰ ਸਿੱਧੂ ਇੱਥੇ ਖੜ ਕੇ ਸਾਰੀ ਐਂਟਰੀ ਵਿਖਾ ਦੇ, ਸਾਡੇ ਦਰਸ਼ਕ ਸਾਡੇ ਨਾਲ ਜੁੜੇ ਨੇ, ਕਿਉਂਕਿ ਅੱਜ ਕੱਲ੍ਹ ਲੋਕੇਸ਼ਨਾਂ ਦੀ ਅਸੀਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਵੀ ਜਦੋਂ ਮੈਰਿਜ ਤੋਂ ਪਹਿਲਾਂ
ਪ੍ਰੀ ਵੈਡਿੰਗ ਹੁੰਦੀ ਆ ਤਾਂ ਉਹ ਕਾਫੀ ਦੂਰ ਦੂਰ ਜਿਹੜਾ ਲੋਕੇਸ਼ਨਾਂ 'ਤੇ ਜਾਣਾ ਪੈਂਦਾ, ਜਿਵੇਂ ਬਠਿੰਡੇ ਲਾ ਲਈਏ, ਚੰਡੀਗੜ੍ਹ ਲਾ ਲਈਏ, ਲੁਧਿਆਣੇ ਦੇ ਕੋਲ ਵੀ ਹੈਗੀ ਆ, ਅਤੇ ਹੋਰ ਕਾਫੀ ਦੂਰ ਮੋਗੇ ਜ਼ਿਲ੍ਹੇ ਤੋਂ ਜਿਹੜੇ ਲੋਕ ਜਾਂਦੇ ਨੇ ਪ੍ਰੀ ਵੈਡਿੰਗ ਦੇ ਲਈ, ਸੋ ਉਹਨਾਂ ਨੂੰ ਹੁਣ ਦੂਰ ਨਹੀਂ ਜਾਣਾ ਪਵੇਗਾ ਕਿਉਂਕਿ ਮੋਗਾ ਦੇ ਵਿੱਚ ਜਿਹੜੀ ਲੋਕੇਸ਼ਨ ਬਹੁਤ ਵਧੀਆ। ਮੋਗਾ ਤੋਂ ਜਦੋਂ ਜਲੰਧਰ ਰੋਡ 'ਤੇ ਜਾਂਦੇ ਲੋਹਾਰਾ ਚੌਂਕ ਹੁੰਦਾ, ਲੋਹਾਰਾ ਚੌਂਕ ਦੇ ਕੋਲ ਇਹ ਲੋਕੇਸ਼ਨ ਬਣੀ ਹੋਈ ਆ, ਨਸੀਬ ਆਈਲੈਂਡ ਦੇ ਉੱਪਰ ਬਣੀ ਦੇ ਨਾਮ 'ਤੇ ਬਣੀ ਹੋਈ ਆ। ਕੁਲਜੀਤ ਸਿੰਘ ਜੀ ਇੱਥੇ ਬਾਈ ਜੀ ਹੁੰਦੇ ਨੇ, ਬੜੇ ਨਿੱਘੇ ਸੁਭਾਅ ਦੇ ਨੇ, ਬੜੇ ਮਿਲਣਸਾਰ ਨੇ, ਤਾਂ ਸੋ ਇੱਕ ਵਾਰ ਤੁਸੀਂ ਇਹਨਾਂ ਨੂੰ ਮਿਲ ਕੇ ਜ਼ਰੂਰ ਦੇਖੋ। ਤੁਹਾਨੂੰ ਸਾਰੀਆਂ ਦਿਖਾਵਾਂਗੇ ਅੰਦਰ ਤੱਕ, ਜਿਹੜੀ ਇਕੱਲੀ ਇਕੱਲੀ ਚੀਜ਼ ਪੁਰਾਣੇ ਜਿਹੜੇ ਆ ਵਿਰਸੇ ਨੂੰ ਸਾਡੇ ਨੂੰ ਸੰਭਾਲ ਕੇ ਰੱਖਿਆ ਹੋਇਆ, ਚੱਕੀ ਪਈ ਆ, ਪੌੜ ਪਏ ਆ, ਗੱਲਬਾਤ ਕਰਾਂਗੇ ਬਾਈ ਜੀ ਨਾਲ, ਸਾਰੀਆਂ ਗੱਲਾਂ ਬਾਰੇ ਜਾਣਾਂਗੇ, ਤਾਂ ਇੱਕ ਵਾਰ ਪਹਿਲਾਂ ਤੁਹਾਨੂੰ ਅਸੀਂ ਛੋੜ ਦਿਖਾ ਦਈਏ। ਚੱਲ ਵੀ ਸਾਡੀਆਂ ਬੀਬੀਆਂ ਇਹਨੂੰ ਵਰਤਦੀਆਂ, ਹੁਣ ਵੀ ਕਈਆਂ ਘਰਾਂ ਦੇ ਵਿੱਚ ਵੇਖੀ ਜਾਂਦੀ ਆ, ਪਰ ਹੁਣ ਬਹੁਤ ਘੱਟ ਆ ਕਿਉਂਕਿ ਇਲੈਕਟ੍ਰੋਨਿਕ ਹੁਣ ਤਾਂ ਜ਼ਿਆਦਾ ਆ ਗਿਆ। ਬਾਈ ਜੀ ਇਹ ਫਿਰ ਪੁਰਾਣੇ ਸਮੇਂ ਦੀ ਸੰਭਾਲ ਕੇ ਰੱਖੀ ਪਈ ਹੋਣੀ ਭਾਜੀ? ਇਹ ਮੇਰੇ ਭੂਆ ਜੀ ਆ ਵੱਡੇ। ਅੱਛਾ, ਮੋਗੇ ਤੋਂ ਉਹਨਾਂ ਕੋਲ ਸੰਭਾਲੀ ਹੋਈ ਸੀ। ਅੱਛਾ, ਕਹਿਣ ਦਾ ਭਾਵ ਕਿ ਆਪਣੀ ਘਰ ਦੀ ਆ। ਹਾਂ, ਘਰ ਦੀ ਆ ਜੀ। ਇਹਦੇ ਚੋਂ ਫਿਰ ਤੁਸੀਂ ਬਹੁਤ ਲੱਸੀ ਤੇ ਮੱਖਣ ਕੱਢਿਆ ਹੋਊਗਾ ਤੇ ਪੀਤਾ ਹੋਊਗਾ, ਹਨਾ? ਬਹੁਤ ਵਰਤਿਆ ਭੂਆ ਜੀ ਨੇ ਮੇਰੇ। ਹਾਂ, ਸਾਂਭ ਕੇ ਰੱਖੀ ਹੋਈ ਹੈ ਬਾਈ ਜੀ, ਬਹੁਤ ਵਧੀਆ ਗੱਲ ਆ। ਮਤਲਬ ਕਾਫੀ ਜੋਕੜ ਨੂੰ ਰੱਖਿਆ ਸਾਂਭ ਕੇ, ਪੁਰਾਣਾ ਹੈਗਾ ਤੇ ਜਿਵੇਂ ਆ ਚੱਕੀ ਦਾ ਜਿਵੇਂ ਪੌੜ ਪਿਆ ਆਪਣਾ ਚੱਕੀ। ਹਾਂ, ਭੂਆ ਦੇ ਘਰੋਂ ਇਹ ਇੱਕ ਦੋਧਰ ਭੂਆ ਜੀ ਉਹਨਾਂ ਨੇ ਦਿੱਤੀ ਆ ਜੀ, ਉਹਨਾਂ ਕੋਲੇ ਪਈ ਸੀ। ਅੱਜ ਵੀ ਦੇਖ ਸਕਦੇ ਹੋ ਇਹ ਉਵੇਂ ਦੋ ਪੌੜ ਜੁੜੇ ਹੋਏ ਆ, ਇਹਨੂੰ ਚਲਾ ਕੇ ਤੇ ਆਪਾਂ ਆਟਾ ਪੀਂਦੇ ਹੁੰਦੇ ਸੀ। ਆ ਜਿਹੜੇ ਮਿੱਟੀ ਦੇ ਭਾਂਡੇ ਵੀ ਅਸੀਂ ਦੇਖੇ ਯਾਰ, ਹਾਂਜੀ, ਆ ਮਿੱਟੀ ਦੇ ਭਾਂਡੇ ਦਿਖਾਵਾਂਗੇ ਇੱਕ ਵਾਰ ਜ਼ਰੂਰ। ਗਲਾਸ ਜਿਹੜੇ ਮਿੱਟੀ ਦੇ ਇਹ ਸਾਂਭ ਕੇ ਰੱਖੇ ਹੋਏ ਨੇ, ਬਣਾਏ ਹੋਏ ਨੇ, ਬਹੁਤ ਵਧੀਆ ਚੀਜ਼ ਬਣੀ ਹੈ। ਅਤੇ ਜਿਵੇਂ ਤੌੜੀ ਪਈ ਆ, ਪੁਰਾਣਾ ਟੇਪ ਰਿਕਾਰਡਰ ਪਿਆ ਹੈਗਾ, ਪਹਿਲਾਂ ਜ਼ਮਾਨਾ ਸੀ ਜਿਹੜੇ ਘਰ ਦੇ ਵਿੱਚ ਇਹ ਹੁੰਦੀ ਸੀ ਤਾਂ ਐਂ ਲੱਗਦਾ ਸੀ ਪਤਾ ਨਹੀਂ ਕੀ ਪਿਆ ਕਿਸੇ ਦੇ ਘਰ, ਅਤੇ ਹੁਣ ਤਾਂ ਚਲੋ ਇਹਦਾ ਰਿਵਾਜ਼ ਵਿਚਾਰੇ ਦਾ ਚਲਾ ਗਿਆ, ਸੀੜੀਆਂ ਆ ਗਈਆਂ, ਐਲਸੀਡੀਆਂ ਆ ਗਈਆਂ, ਅਤੇ ਦਾਤ ਪਿਆ ਹੈਗਾ, ਪਿੱਤਲ ਦੇ ਭਾਂਡੇ ਵੀ ਦੇਖਣ ਨੂੰ ਸਾਹਮਣੇ ਦਿਖਾ ਦੇ ਵੀ ਇਸ ਤਰ੍ਹਾਂ ਵਾ। ਮੰਨ ਲਓ ਅੰਦਰ ਰੱਖੇ ਹੁੰਦੇ ਆ ਜੀ, ਕਿਉਂਕਿ ਜਦੋਂ ਮੰਨ ਲਓ ਪ੍ਰੋਗਰਾਮ ਹੁੰਦਾ ਜਾਂ ਕੋਈ ਕਸਟਮਰ ਦੇ। ਅੱਛਾ, ਉਦੋਂ ਹੀ ਸਜਾਉਂਦੇ ਹੋ? ਠੀਕ ਆ, ਠੀਕ ਆ। ਹਜੇ ਸਜਾਵਟ ਪੂਰੀ ਨਹੀਂ ਕੀਤੀ, ਪਰ ਬਿਨਾਂ ਸਜਾਵਟ ਤੋਂ ਵੀ ਤੁਸੀਂ ਦੇਖ ਸਕਦੇ ਹੋ, ਇੰਨੀ ਸੋਹਣੀ ਲੋਕੇਸ਼ਨ ਲੱਗਦੀ ਆ ਕਿ ਦੇਖ ਕੇ ਇੱਥੇ ਮਨ ਲੱਗਦਾ, ਜੀ ਕਰਦਾ ਵੀ ਇੱਥੇ ਦੇਖੀ ਜਾਈਏ। ਅਤੇ ਜਿੱਦੇ ਕਿਤੇ ਪ੍ਰੋਗਰਾਮ ਹੋਇਆ ਉਦੇ ਤੁਹਾਨੂੰ ਵੱਖਰੀ ਚੀਜ਼ ਨਜ਼ਾਰਾ ਦੇਖਣ ਨੂੰ ਮਿਲੇਗਾ, ਕਿਉਂਕਿ ਬੁਕਿੰਗਾਂ ਹੁੰਦੀਆਂ ਰਹਿੰਦੀਆਂ ਨੇ, ਵਿਆਹ ਦੀਆਂ ਪ੍ਰੀ ਵੈਡਿੰਗ ਸ਼ੂਟ ਹੁੰਦੇ ਰਹਿੰਦੇ ਨੇ। ਬਾਈ ਇੱਦਾਂ ਦਾ ਜਿਹੜਾ ਰੂਮ ਬਣਿਆ ਇਹ ਵੀ ਆਪਣਾ ਇਸ ਤਰ੍ਹਾਂ ਫੋਟੋ ਸ਼ੂਟ ਵਾਸਤੇ ਹੈ ਜੀ, ਮੰਨ ਲਓ ਵੀਡੀਓ ਤੇ ਫੋਟੋ ਸ਼ੂਟ ਵਾਸਤੇ। ਅੱਛਾ ਅੱਛਾ, ਇਹਦੇ ਵਿੱਚ ਫਿਰ ਕੀ ਬਣਾਇਆ ਹੋਇਆ? ਇਹਦੇ ਅੰਦਰ ਇੱਕ ਤਾਂ ਬੀਅਰ ਬਾਰ ਬਣਿਆ ਹੋਇਆ ਜੀ, ਹਾਂਜੀ, ਤੇ ਨਾਲ ਉਹਦੇ ਲਾਇਬ੍ਰੇਰੀ ਬਣੀ ਹੋਈ ਹੈ। ਅੱਛਾ, ਅਸੀਂ ਦੇਖੀਏ ਫਿਰ ਫੋਟੋ ਕਿਵੇਂ ਕਰਨੀ ਆ, ਫੋਟੋ ਕਰਨ ਵਾਸਤੇ ਵੱਖਰਾ ਵੱਖਰਾ ਬਲੌਗ ਬਣਿਆ ਹੈਗਾ।
ਬਾਈ ਜੀ ਬਹੁਤ ਵਧੀਆ ਲੱਗੀ ਲੋਕੇਸ਼ਨ ਸਾਰੀ ਜਿੰਨੀ ਵੀ ਤੁਹਾਡੀ ਬਣਾਈ ਆ, ਕਿਉਂਕਿ ਪੁਰਾਣਾ ਜਿਹੜਾ ਕਲਚਰ ਕਹਿ ਦਈਏ ਸੱਭਿਆਚਾਰ ਵਿਰਸਾ ਅਤੇ ਜਿਹੜਾ ਹੁਣ ਚੱਲ ਰਿਹਾ ਜ਼ਮਾਨਾ ਹੈ ਨਾ ਟਰੈਂਡ, ਉਹ ਵੀ ਸੰਭਾਲ ਕੇ ਰੱਖਿਆ ਤੁਸੀਂ ਕਲਚਰ ਨੂੰ ਵੀ, ਅਤੇ ਲੋਕੇਸ਼ਨ ਨੂੰ ਬੜੇ ਸੋਹਣੇ ਢੰਗ ਨਾਲ ਤੁਸੀਂ ਕ੍ਰੀਏਟ ਕੀਤਾ ਵਾ, ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਦੇਖਣ ਲਈ ਸਮਾਂ ਦਿੱਤਾ ਅਤੇ ਸਾਡੇ ਨਾਲ ਗੱਲਬਾਤ ਕੀਤੀ। ਅਤੇ ਕੀ ਕਹਿਣਾ ਚਾਹੋਗੇ, ਜਿਵੇਂ ਹੁਣ ਦੂਰ ਦੂਰ ਲੋਕੇਸ਼ਨਾਂ ਦੇਖਣ ਜਾਂਦੇ ਨੇ ਲੋਕ ਕਰਨ ਜਾਂਦੇ ਨੇ, ਤੁਹਾਡੇ ਕੋਲ ਵੀ ਕਾਫੀ ਬੁਕਿੰਗਾਂ ਹੈਗੀਆਂ, ਤਾਂ ਨੇੜਲੇ ਲੋਕਾਂ ਲਈ ਕੀ ਆਫਰ ਹੋਏਗੀ ਕੋਈ ਜਾਂ ਕੋਈ? ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਪੰਜਾਬ ਦੇ ਚੈਨਲ ਦਾ, ਜਿਹੜੇ ਅੱਜ ਆ ਕੇ ਸਾਡੇ ਕੋਲ ਜਾਂਦੀ ਮੰਨ ਲਓ ਸਾਡੇ ਲੋਕੇਸ਼ਨ ਦਾ ਸ਼ੂਟ ਕੀਤਾ ਜੀ, ਹੈ ਨਾ? ਥੈਂਕ ਯੂ। ਅਤੇ ਉਸ ਲਈ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਜੀ। ਉਸ ਤੋਂ ਬਾਅਦ ਵਿੱਚ ਮੰਨ ਲਓ ਜੋ ਵੀ ਕਸਟਮਰ ਇੱਥੇ ਆਊਗਾ ਜੀ, ਹੈ ਨਾ, ਉਹਨਾਂ ਨਾਲ ਬੜੇ ਸੋਹਣੇ ਢੰਗ ਨਾਲ ਅਸੀਂ ਡੀਲ ਕਰਦੇ ਹਾਂ, ਬਲਕਿ ਕਹਿ ਸਕਦੇ ਹਾਂ ਵੀ ਕਸਟਮਰ ਨੂੰ ਆਪਦਾ ਬਣਾ ਕੇ ਇੱਥੇ ਅਸੀਂ ਰੱਖਦੇ ਹਾਂ। ਅਤੇ ਉਸ ਤੋਂ ਬਿਨਾਂ ਖਾਣ ਪੀਣ ਦਾ ਪੂਰਾ ਪ੍ਰਬੰਧ ਹੁੰਦਾ, ਸਾਰਾ ਖਾਣ ਪੀਣਾ ਮੰਨ ਲਓ ਇੰਡੀਅਨ ਵੀ ਆ ਅਤੇ ਵੈਸਟਰਨ ਵੀ ਆ ਆਪਣੇ ਕੋਲ, ਅਤੇ ਕਹਿ ਲਓ ਫਰੈਸ਼ ਖਾਣਾ ਦਿੰਦੇ ਹਾਂ ਜੀ। ਅਤੇ ਦੂਸਰਾ ਜਿਹੜਾ ਆਪਣੀ ਲੋਕੇਸ਼ਨ ਆ ਜੀ, ਇਹ ਲੋਹਾਰਾ ਚੌਂਕ ਤੋਂ ਜਦੋਂ ਆਪਾਂ ਜਲੰਧਰ ਨੂੰ ਜਾਂਦੇ ਹਾਂ ਜੀ, ਅਤੇ ਉੱਥੋਂ ਕਿਲੋਮੀਟਰ ਵਾਲੇ ਦੀ ਦੂਰੀ 'ਤੇ ਬਣੀ ਹੋਈ ਆ ਆਪਣਾ, ਸੋਰੀ ਸੱਜੇ ਹੱਥ ਜੀ, ਅਤੇ ਬਿਲਕੁਲ ਸਾਹਮਣੇ ਪੈਲਸ ਬਣਿਆ ਹੋਇਆ ਵਾ ਲੈਂਡਲੋਰਡ ਫਾਰਮ ਜੀ। ਹਾਂਜੀ ਜੀ, ਹਾਂ ਲੋਕੇਸ਼ਨ ਇੱਕ ਵਾਰ ਦੱਸ ਦਿੰਦੇ ਹਾਂ ਅਸੀਂ, ਲੋਹਾਰਾ ਚੌਂਕ ਤੋਂ ਜਦੋਂ ਤੁਸੀਂ ਜਲੰਧਰ ਰੋਡ 'ਤੇ ਜਾਂਦੇ ਹਾਂ ਤਾਂ ਇੱਕ ਮਾਤਾ ਦਾ ਮੰਦਿਰ ਹੁੰਦਾ, ਉਸੇ ਸਾਈਡ 'ਤੇ ਹੀ ਲੋਕੇਸ਼ਨ ਹੈਗੀ ਆ, ਸਾਹਮਣੇ ਇੱਕ ਪੈਲਸ ਵੀ ਹੈਗਾ, ਤਾਂ ਸੋ ਉਹਦੇ ਸਾਹਮਣੇ ਨਸੀਬ ਆਈਲੈਂਡ ਦੇ ਨਾਮ ਦੇ ਉੱਪਰ ਇਹ ਲੋਕੇਸ਼ਨ ਬਣੀ ਹੋਈ ਆ। ਜੇ ਕਿਸੇ ਮੇਰੇ ਭਰਾ ਨੇ, ਹੈ ਨਾ, ਪ੍ਰੀ ਵੈਡਿੰਗ ਸ਼ੂਟ ਕਰਨਾ ਤਾਂ ਉਹ ਇੱਕ ਵਾਰ ਜ਼ਰੂਰ ਬਾਈ ਜੀ ਨਾਲ ਕੰਟੈਕਟ ਕਰਨਾ, ਅਸੀਂ ਤੁਹਾਨੂੰ ਨੰਬਰ ਵੀ ਬਾਈ ਜੀ ਤੋਂ ਪੁੱਛਦੇ ਹਾਂ। ਬਾਈ ਜੀ ਆਪਣਾ ਨੰਬਰ ਵੀ ਜ਼ਰੂਰ ਦੱਸ। ਮੇਰਾ ਨੰਬਰ ਹੈਗਾ ਜੀ 78143 ਜੀ 16629। ਦੁਬਾਰਾ ਫੇਰ ਕਰ ਦਿਓ ਜੀ, 78143 16629। ਬੇਝਿਜਕ ਹੋ ਕੇ ਬਾਈ ਜੀ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ, ਨਿੱਘੇ ਸੁਭਾਅ ਦੇ ਮਾਲਕ ਨੇ, ਮਿਲਣਸਾਰ ਨੇ, ਜਦੋਂ ਅਸੀਂ ਮਿਲਦੇ ਹਾਂ ਤਾਂ ਐਂ ਲੱਗਦਾ ਵੀ ਅਸੀਂ ਕਿਤੇ ਆਪਣੇ ਘਰ ਆ ਗਏ ਹਾਂ। ਬਹੁਤ ਵਧੀਆ ਲੋਕੇਸ਼ਨ ਲੱਗੀ, ਘਰ ਵੀ ਸੋਹਣਾ ਲੱਗਿਆ। ਇੱਕ ਵਾਰ ਜ਼ਰੂਰ ਵਿਜਿਟ ਕਰਿਓ ਨਸੀਬ ਆਈਲੈਂਡ, ਨੇੜੇ ਲੋਹਾਰਾ ਪੈਲਸ, ਨੀਅਰ ਮੋਗਾ। ਸੋ ਕੰਟੈਕਟ ਤੁਹਾਨੂੰ ਬਾਈ ਜੀ ਨੇ ਦੱਸ ਹੀ ਦਿੱਤਾ। ਸੋ ਮਿਲਦੇ ਹਾਂ ਕਿਸੇ ਅਗਲੀ ਸਟੋਰੀ ਦੇ ਨਾਲ, ਤਦ ਤੱਕ ਲਈ ਮੈਨੂੰ ਅਤੇ ਮੇਰੇ ਦੋਸਤ ਗੁਰਪ੍ਰਸਾਦ ਸਿੱਧੂ ਨੂੰ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ।